ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਦਫਤਰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਸੈਕੰਡਰੀ ਪੰਜਾਬ ਦੇ ਵੱਲੋਂ ਮਾਸਟਰ ਕਾਰਡਰ 4161 ਪੋਸਟਾਂ ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਪਬਲਿਕ ਨੋਟਿਸ ਦੇ ਵਿੱਚ ਦੱਸਿਆ ਗਿਆ ਜੀ ਕਿ ਡਾਇਰੈਕਟਰ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਮੂੰਹ ਬੋਲਦੇ ਹੁਕਮ 153 2023 ਦੇ ਸਨਮੁਖ ਡਾਇਰੈਕਟਰ ਡਾਇਰੈਕਟੋਰੇਟ ਆਫ ਸਕੂਲ এডੂਕੇਸ਼ਨ ਪੰਜਾਬ ਦੇ ਵੱਲੋਂ ਜੋ 4161 ਮਾਸਟਰ ਕਾਡਰ ਦੀ ਭਰਤੀ ਅਧੀਨ 5 ਜਨਵਰੀ 7 ਜਨਵਰੀ 8 ਜਨਵਰੀ 9 ਜਨਵਰੀ ਤੇ 10 ਜਨਵਰੀ ਅਤੇ 16 ਜਨਵਰੀ ਨੂੰ 2023 ਨੂੰ ਵੱਖ-ਵੱਖ ਵਿਸ਼ਿਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਸੀ ਨਿਯੁਕਤੀ ਪੱਤਰ ਦਿੱਤੇ ਗਏ ਸੀ ਉਪਰੋਕਤ ਮਿੱਤਿਆਂ ਨੂੰ ਪ੍ਰਾਪਤ ਹੋਏ ਨਿਯੁਕਤੀ ਪੱਤਰ ਰੱਦ ਕੀਤੇ ਜਾਂਦੇ ਨੇ ਤੇ ਡਾਇਰੈਕਟਰ ਡਾਇਰੈਕਟੋਰੇਟ ਆਫ ਸਕੂਲ এডਿਕੇਸ਼ਨ ਪੰਜਾਬ ਦੇ ਵੱਲੋਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਤੋਂ ਪ੍ਰਾਪਤ 4161 ਮਾਸਟਰ ਕਾਰਡਰ ਦੀ ਸੋਧੀ ਮੈਰਿਟ ਲਿਸਟ ਅਨੁਸਾਰ ਹਾਂਜੀ ਮੈਰਿਟ ਲਿਸਟ ਹੈ ਜੋ ਸੋਧੀ ਗਈ ਹੈ ਇਹਦੇ ਅਨੁਸਾਰ ਨਵੇਂ ਨਿਯੁਕਤੀ ਪੱਤਰ ਜਲਦੀ ਵੱਖਰੇ ਤੌਰ ਤੇ ਵਿਭਾਗ ਦੀ ਵੈਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੇ ਜਾਣਗੇ ਇਹ ਜੋ ਮਾਸਟਰ ਕਾਰਡਰ 4161 ਦੀ ਭਰਤੀ ਹੈ ਦੱਸ ਦਈਏ ਤੁਹਾਨੂੰ ਕੇ 16 ਦਸੰਬਰ 2021 ਤੇ 8 ਜਨਵਰੀ 2022 ਨੂੰ ਇਹ 4161 ਮਾਸਟਰ ਕਾਡਰ ਦੀ ਭਰਤੀ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪੇਪਰ ਲਾਈਨ ਤੋਂ ਬਾਅਦ ਵਿਦਿਆਰਥੀਆਂ ਦਾ ਰਿਜ਼ਲਟ ਘੋਸ਼ਿਤ ਕਰਨ ਤੋਂ ਬਾਅਦ ਸਕਰੂਟੀ ਹੋਈ ਸੀ ਸਕਰੂਟੀ ਤੋਂ ਬਾਅਦ ਜੋ ਪੂਰਾ ਪ੍ਰੋਸੈਸ ਹੋ ਕੇ ਵਿਦਿਆਰਥੀਆਂ ਨੂੰ ਮੈਰਿਟ ਦੇ ਅਨੁਸਾਰ ਨਿਯੁਕਤੀ ਪੱਤਰ ਵੰਡੇ ਗਏ ਸੀ ਪਰੰਤੂ ਸਿਵਲ ਇਰੈਪ੍ਰੀਟੇਸ਼ਨ ਨੰਬਰ 24855 ਆਫ 2022 ਤੇ 24047 ਆਫਤ 2022 ਤੇ ਹੋਰ ਕਨੈਕਟਡ ਕੇਸ ਦਾਇਰ ਕੀਤੇ ਗਏ ਨੇ 15 ਫਰਵਰੀ 2023 ਨੂੰ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੇ ਸਬੰਧ ਵਿੱਚ ਤਾਂ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਵੱਖ-ਵੱਖ ਵਿਸ਼ਿਆਂ ਦਾ ਨਤੀਜਾ ਸੋਧਿਆ ਗਿਆ ਸੀ ਨਤੀਜਾ ਰਿਵਾਈਜ਼ ਕੀਤਾ ਗਿਆ ਸੀ ਔਰ ਰਿਵਾਈਜ਼ ਹੋਏ ਨਤੀਜੇ ਦੀ ਰਿਵਾਈਜ਼ਡ ਆਨਸਰ ਕੀ ਵੀ ਵਿਭਾਗ ਨੇ ਆਪਣੀ ਵੈੱਬਸਾਈਟ ਦੇ ਉੱਪਰ ਅਪਲੋਡ ਕੀਤੀ ਹੈ ਤੇ ਵਿਦੇ ਰਿਜ਼ਲਟ ਹੈ ਜੋ ਵਿਦਿਆਰਥੀਆਂ ਦੀ ਲੌਗਇਨ ਆਈਡੀ ਦੇ ਉੱਪਰ ਕੀਤਾ ਗਿਆ ਸੀ ਤਾਂ ਹੁਣ ਇਹ ਜੋ ਵਿਦਿਆਰਥੀ ਰਿਵਾਈਜ਼ ਰਿਜ਼ਲਟ ਹੋਣ ਤੋਂ ਬਾਅਦ ਮੈਰਿਟ ਦੇ ਵਿੱਚ ਆਏ ਸੀ ਤਾਂ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਗਈ ਹੈ ਤੇ ਜੋ ਪੁਰਾਣੇ ਪੱਤਰ ਦਿੱਤੇ ਗਏ ਸੀ ਉਹਨਾਂ ਨੂੰ ਰੱਦ ਕੀਤੇ ਜਾਂਦੇ ਨੇ ਤੇ ਇਹ ਪੱਤਰ ਨੇ ਜੋ ਨਵੀਂ ਮੈਰਿਟ ਦੇ ਅਨੁਸਾਰ ਨਵੇਂ ਸਿਰੇ ਤੋਂ ਬਹੁਤ ਜਲਦ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾਣਗੇ ਮਾਸਟਰ ਕਾਰਡ 4161 ਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਸੂਚਨਾ ਹੋਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ